ਨਹੀਂ ਨਹੀਂ ਕਿਰਾਏ ਵਾਲਾ ਕੰਮ ਖਰਾਬ ਯਾਰ ਇਹ ਚੰਗਾ ਮੰਨਦਾ ਯਾਰ ਤੂੰ ਇਹਦਾ ਵਾਲਾ ਸਟਾਰ ਤੇਰੇ ਨਾਲ ਚੜਦਾ ਵੀ ਹੈ ਵੱਡਾ ਬਦਮਾਸ਼ ਹੈ ਤਾਂ ਚਲ ਆ ਜਾ ਔਰ ਓਏ ਓਏ ਹੋਏ ਬਸ ਬਸ ਇਹਨੇ ਨੰਬਰਦਾਰ ਆਇਆ ਵਾ ਤੇ ਬੁਹਾਲੀ ਤੇ ਰਕਮੇ ਦੀ ਬਾਗ ਸ਼ਾਗ ਚੈੱਕ ਕਰਨ ਦਾ ਹਾਂ ਨੰਬਰਦਾਰ ਸਾਹਿਬ ਇਹਦੇ ਓਕੇ ਬਾਏ ਠੀਕ ਹੈ ਆਪਣੇ ਸਾਈਕਲ ਠੀਕ ਤੇ ਤੂੰ ਆਪਣੇ ਘਰ ਦੋ ਤੇ ਮੈਂ ਆਪਣੇ ਘਰ ਦੋ ਠੀਕ ਮੇਰੇ ਸੋਹਣੇ ਸਾਨੂੰ ਕਿੱਥੇ ਖੜਾ ਕੇ ਛੋੜ ਦੋ ਕੋਈ ਉਕਾ ਫਾਰੇ ਗਏ ਤੇਰੀ ਮੇਰੀ ਯਾਰੀ ਖਤਮ ਨਹੀਂ ਯਾਰੀ ਖਤਮ ਬਸ ਖਤਮ ਉਸ ਤੋਂ ਅਚਾਨਕ ਪਤਾ ਨਹੀਂ ਲੱਗਾ ਬੱਦਲ ਆ ਗਏ ਔਰ ਬਾਰਿਸ਼ ਲੈ ਗਈ ਸ਼ੁਰੂ ਥੀ ਗਈ ਬਾਰਿਸ਼ ਅਸਲਾਮ ਵਾਲੇਕੁਮ ਦੋਸਤੋ ਕਿਆ ਹਾਲ ਹੈ ਉਮੀਦ ਕਰਨ ਤੋਂ ਸਾਰੇ ਖਰਫੀਅਤ ਨਾਲ ਉਸ ਦਾ ਅੱਜ ਦਾ ਪਿਆਰਾ ਜਿਹਾ ਵਲੋਗ ਕਰਨ ਸ਼ੁਰੂ ਵਲੋਗ ਸ਼ੁਰੂ ਕਰਨ ਤੋਂ ਪਹਿਲੇ ਜਿਹਨਾਂ ਗ੍ਰਾਮ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਜਲਦੀ ਕਰੋ ਜੋ ਸਬਸਕ੍ਰਾਈਬ ਅਤੇ ਵੱਧ ਕਰਨ ਅੱਜ ਦੀ ਮਜ਼ੇਦਾਰ ਵੀਡੀਓ ਸ਼ੁਰੂ ਦੋਸਤੋ ਫਸਟ ਟਾਈਮ ਦਾ ਟਾਈਮ ਹੈ ਤਕਰੀਬਨ 7:30 ਦਾ ਔਰ ਸਵੇਰੇ ਨਾਲ ਆਇਆ ਹੋਇਆ ਸਵੇਰੇ ਕਣਕ ਅਤੇ ਸੂਰੇ ਮੱਖੀ ਫਿਰਨ ਤੁਰਨ ਫਸਟ ਟਾਈਮ ਥੋੜ੍ਹਾ ਜਿਹਾ ਵਿਹਲਾ ਖੜਾ ਮੈਂ ਚਲੋ ਕੋ ਘੁੰਮ ਫਿਰਾਵਾਂ ਤਾਂ ਬਾਕੀ ਦੋਸਤੋ ਵਲੋਗ ਦੇ ਨਾਲ ਇਨਸ਼ਾਅੱਲਾ ਨਾਲ ਮਿਲਦੇ ਹਾਂ ਔਰ ਤੁਹਾਡੇ ਵਾਸਤੇ ਇੱਕ ਛੋਟੀ ਜਿਹੀ ਰਿਕੁਐਸਟ ਕਿਉਂਕਿ ਵਲੋਗ ਦੇ ਫਸਟ 'ਚ ਬੰਦਾ ਆਖ ਦੇਵੇ ਤਾਂ ਯਾਦ ਰਹਿ ਵੈਂਦੀ ਹੈ ਤਾਂ ਜਿਤਨੇ ਵੀ ਭਾਈ ਫੇਸਬੁੱਕ ਵਾਲੇ ਤਾਂ ਯਾਰ ਤੁਹਾਡੀਆਂ ਦੁਆਵਾਂ ਮੁਹੱਬਤਾਂ ਨਾਲ ਮੈਂ ਕੋਲਾ ਪਾ ਕਿਤਨੀ ਇੱਜ਼ਤ ਦਿੱਤੀ ਹੈ ਲੇਕਿਨ ਤੁਸੀਂ ਮੇਰੀ ਯੂਟਿਊਬ 'ਤੇ ਹੈਲਪ ਨਹੀਂ ਵੇਖ ਰਹਿੰਦੇ ਪਏ ਤਾਂ ਫੇਸਬੁੱਕ ਪੇਜ ਤਾਂ ਅਲਹਮਦੁਲਿਲਾ ਕਾਫੀ ਅੱਛੀ ਪਰਫੋਰਮੈਂਸ ਵਹਿੰਦਾ ਪਿਆ ਵਿਊ ਕਾਫੀ ਅੱਛੇ ਆਉਂਦੇ ਪੈਣ ਲੇਕਿਨ ਮੇਰਾ ਯੂਟਿਊਬ ਬਹੁਤ ਡਾਊਨ ਹੈ ਯਾਰ ਗਰੋਹ ਨਹੀਂ ਕਰਦਾ ਪਿਆ ਅਤੇ ਜਿਤਨੇ ਵੀ ਭਾਈ ਫੇਸਬੁੱਕ ਵਾਲੇ ਤਾਂ ਲਾਜ਼ਮੀ ਯਾਰ ਜਿਤਨੇ ਭਾਈ ਯੂਜ਼ ਕਰਦੇ ਨੇ ਯੂਟਿਊਬ ਤਾਂ ਲਾਜ਼ਮੀ ਮਾਨੀ ਕਿ ਥੋੜ੍ਹੀ ਜਿਹੀ ਹੈਲਪ ਕਰੋ ਚਾ ਬਕਾਇਦਾ ਕਮੈਂਟ ਦਾ ਜਵਾਬ ਵੀ ਦੇਣਾ ਜਿਤਨੇ ਭਾਈ ਯੂਟਿਊਬ 'ਤੇ ਕਮੈਂਟ ਕਰਦੇ ਨੇ ਉਹਨਾਂ ਦਾ ਰੱਦ ਅਮਲ ਦੁਬਾਰਾ ਦੇਣਾ ਸ਼ੁਕਰੀਆ ਅਦਾ ਕਰਦਾ ਕਿਉਂਕਿ ਯੂਟਿਊਬ 'ਤੇ ਮੇਰੇ ਕਾਨੀ ਏਡੇ ਫਾਲੋਅਰ ਅਤੇ ਨਾ ਮੇਰੇ ਏਡੇ ਵਿਊ ਆਉਂਦੇ ਪਏ ਤਾਂ ਵਜ੍ਹਾ ਨਾਲ ਤੁਹਾਡੇ ਗੁਰੂ ਰਿਕੁਐਸਟ ਕਰਦਾ ਵੀ ਹਾਂ ਲਾਜ਼ਮੀ ਜਿਤਨੇ ਭਾਈ ਹਨ ਤਾਂ ਬਕਾਇਦਾ ਮੈਂ ਸਕਰੀਨ ਸ਼ਾਟ ਵੀ ਨਾਲ ਲੈਂਦਾ ਪਈ ਹਾਂ ਮਿਹਰਬਾਨੀ ਹੋ ਸੀ ਤੁਹਾਡੀ ਤਾਂ ਲਾਜ਼ਮੀ ਬਾਕੀ ਵਲੌਗ ਦੇ ਨਾਲ ਇਨਸ਼ਾਅੱਲਾ ਨਾਲ ਮਿਲਦੇ ਹਾਂ ਸਲਾਮ ਅਲੈਕੁਮ ਸਲਾਮ ਅਲੈਕੁਮ ਚੱਲ ਘਿੰਚਾ ਰਾਸ ਕਿਆ ਬੈਠਾ ਹੈ ਹੈਂ ਸਲਾਮ ਤਾਂ ਘਿਨ ਹੈਲੋ ਸਲਾਮ ਤਾਂ ਘਿਨ ਉੱਤਾਂ ਹੱਥ ਕਰ ਫੁੱਲ ਹੱਥ ਉੱਤਾਂ ਕਰ ਨਰਾਜ਼ ਸੀ ਕੇ ਅੱਜ ਨਰਾਜ਼ਗੀ ਕੋਈ ਨਰਾਜ਼ਗੀ ਕੋਈ ਚੱਲ ਆ ਤਾਂ ਖਿਡਾਉਣ ਵਾਲਾ ਦਾ ਅੱਛਾ ਚੱਲ ਆ ਕੁਸ਼ਤੀ ਕਰ ਮੇਰੇ ਨਾਲ ਲਾਲਾ ਚੰਗੀ ਚੱਲ ਪਤਾ ਲੱਗਦਾ ਨੱਪ ਓਏ ਚੱਲ ਚੱਲ ਹਾਂ ਚੱਲ ਓਏ ਜ਼ਾਲਿਮ ਓਏ ਜ਼ਾਲਿਮ ਚੱਲ ਹਾਂ ਪੱਕੜ ਓਏ ਓਏ ਚਖਾਤੀ ਮੈਂ ਲੋ ਹੋਦ ਮੇਰੇ ਸੋਹਣੇ ਸਾਨੂੰ ਕਿੱਥੇ ਆ ਖੜਾ ਹੈ ਕੇ ਛੋੜਾਂ ਥਾ ਕੋ ਹੈਂ ਛੋੜਾ ਉੱਠਾ ਸੀ ਆ ਵੀ ਆਪ ਕਰ ਸਟਣੇ ਹਾਂ ਇਹ ਜੂਜ ਕਸ਼ ਖਾਣਾ ਚਲੋ 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 ਸ਼ਾਬਾਸ਼ 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 ਆਓ ਹਾਂ ਚੈੱਕ ਕਰੇਂ ਕਰ ਗਏ ਮੋਬਾਈਲ ਚੈੱਕ ਕਰ ਗਏ ਜੋੜ ਕੇ ਚੈੱਕ ਕਰ ਗਏ ਕੋਈ ਕਮੀ ਪੇਸ਼ੀ ਸੀ ਤਾਂ ਤੂੰ ਪੂਰੀ ਕਰ ਛੋੜੇ ਆਰਾਮ ਕਰ ਬੜਾ ਮੈਂ ਤਾਂ ਤੇ ਪਿਆਰ ਨਾਲ ਮੁਹੱਬਤਾਂ ਨਾਲ ਹੱਥ ਫਿਰੇ ਨਾ ਖਾਣਾ ਤੂੰ ਅੱਗੋਂ ਫਿਰ ਜਾਏ ਜਿਵੇਂ ਜਿਵੇਂ ਅੱਲਾ ਦਾ ਨਾਮ ਮੰਨ ਤਾਂ ਪੱਤੇ ਤੇਰੇ ਜ਼ੋਰ ਡਿੱਗ ਸਾਰੇ ਮੇਰੇ ਨਾਲ ਜ਼ਿਆਦਾ ਜ਼ੋਰ ਤੇਰੇ ਵਿੱਚ ਲੇਕਿਨ ਕੁਰਬਾਨੀ ਆਵਣ ਡੇ ਕੁਰਬਾਨੀ ਤੱਕ ਮੈਂ ਚਾਹ ਕੇ ਭੁੱਕਿਆ ਹਾਂ ਹਾਂ ਆ ਜਾ ਤੇਰੀ ਖੈਰਾਂ ਨਹੀਂ ਪਿੱਛੇ ਦੀ ਬੈਗ ਥੀ ਇੱਕਦਮ ਬੈਗ ਥੀ ਮੇਰਾ ਬਦਮਾਸ਼ ਹੈ ਤਾਂ ਚੱਲ ਆ ਜਾ ਔਰ ਓਏ ਹੋਏ ਬਸ ਬਸ ਅੱਲਾ ਦਾ ਨਾਮ ਮੰਨ ਮੈਂ ਗਰੀਬ ਬੰਦਾ ਮੇਰੀ ਕਈ ਪਤਾ ਕਾਸ਼ ਬੰਨ ਸਟੇ ਬਸ ਸ਼ਾਬਾਸ਼ ਸ਼ਾਬਾਸ਼ ਹੁਣ ਪਿਆਰ ਮੁਹੱਬਤ ਕਰੂ ਚਾ ਕਹਾਣੀ ਬਹੁਤ ਥੀ ਗਈ ਭੇਡ ਬਹੁਤ ਰਲਾ ਗਈ ਜਿਸ ਚੱਕ ਮਰਿਆ ਥੀ ਚੋਰ ਬਸ ਨਾ ਮੇਰਾ ਬੱਚਾ ਉਹਦਾ ਨਾਲ ਨਹੀਂ ਬਣੀਦਾ ਤੇਰੇ ਜਿਹਦਾ ਇਹਨੇ ਨੰਬਰਦਾਰ ਆਇਆ ਵਾ ਬੁਹਾਲੀ ਤੇ ਰਕਮੇ ਦੀ ਬਾਗ ਸ਼ਾਗ ਚੈੱਕ ਕਰਨ ਦਾ ਹਾਂ ਨੰਬਰਦਾਰ ਸਾਹਿਬ ਇਹਦੇ ਗਾਲ ਤਾਂ ਸੁਣ ਹੈਲੋ ਓ ਇੱਕ ਮਿੰਟ ਖੜ ਇੱਕ ਮਿੰਟ ਗਾਲ ਸੁਣ ਆਇਆ ਕਿੱਦਾਂ ਆਵੇ ਮਰਜ਼ੀ ਹੈ ਯਾਰ ਅੱਛਾ ਦੋਸਤੋ ਸਾਰੇ ਵੀਰਾਂ ਦੇ ਗੁਰੂ ਕੈਸਟ ਹੈ ਇੱਕ ਛੋਟਾ ਜਿਹਾ ਭਾਈ ਸਮਝ ਕੇ ਦੋਸਤ ਸਮਝ ਕੇ
ਤਾਂ 5-7 ਦਫ਼ਾ ਰਿਕੁਐਸਟ ਹੈ ਤੁਹਾਡੇ ਅੱਗੋਂ ਕਿ ਯਾਰ ਇਤਨੀ ਮਿਹਨਤ ਕਰਕੇ ਇਤਨੇ ਪਿਆਰੇ ਵਲੋਗ ਬਣਾਉਂਦਾ ਜੇਲੇ ਐਡੀਟਿੰਗ ਦੇ ਉੱਤੇ ਬਾਂਧੇ ਆਏ ਨਾ ਤਾਂ ਨੱਪੂ ਜੋ ਸਾਡੀ ਇੱਕ ਰਾਤ ਹੀ ਲੱਗ ਪੈਂਦੀ ਸੀ ਵੀਡੀਓ ਐਡਿਟ ਕਰਨ ਦੇ ਉੱਤੇ ਇਤਨੀ ਮਿਹਨਤ ਲੱਗਦੀ ਹੈ ਤਾਂ ਯਾਰ ਜਿਤਨੇ ਵੀ ਭਾਈ ਨਾ ਜਿਹੜੇ ਯੂਜ਼ ਕਰਾਉਂਦੇ ਨੇ ਜਿਹੜੇ ਯੂਜ਼ ਨਹੀਂ ਕਰਾਉਂਦੇ ਉਹ ਤਾਂ ਚਲੋ ਇੱਕ ਅਲੱਹਦਾ ਗੱਲ ਜਿਹੜੇ ਯੂਟਿਊਬ ਯੂਜ਼ ਕਰਾਉਂਦੇ ਨੇ ਤਾਂ ਮਿਹਰਬਾਨੀ ਕਰਕੇ ਇਵੇਂ ਹੀ ਇੱਕ ਵਜੇ ਝਲਕੀ ਮਾਰੋ ਜੋ ਤੁਸੀਂ ਯੂਟਿਊਬ ਦੇ ਉੱਤੇ ਮੇਰਾ ਪੂਰਾ ਚੈਨਲ ਗਰੋ ਕਰ ਰਹੇ ਸੀ ਤਾਂ ਤਕਰੀਬਨ ਯਾਰ ਮੇਰੇ ਕਿਹੜੇ ਵਿਊ ਆਉਂਦੇ ਪੈਣ ਕਹਿੰਦੇ 500 ਕਹਿੰਦੇ 700 ਕਹਿੰਦੇ 250 ਕਹਿੰਦੇ 300 ਵਿਊ ਆਉਂਦਾ ਪਿਆ ਯੂਟਿਊਬ ਦੇ ਉੱਤੇ ਅਤੇ ਯਾਰ ਮੈਂ ਨਾਲ ਸਕਰੀਨਸ਼ਾਟ ਵੀ ਲੈਂਦਾ ਪਈ ਆਪਣੇ ਯੂਟਿਊਬ ਚੈਨਲ ਦਾ ਔਰ ਬਾਕੀ ਨਾਂ ਥਲ ਦਾ ਸ਼ਹਿਜ਼ਾਦਾ ਇਸੇ ਤਰ੍ਹਾਂ ਜਿਸ ਤਰ੍ਹਾਂ ਯੂ ਫੇਸਬੁੱਕ 'ਤੇ ਮੇਰਾ ਨਾਂ ਹੈ ਇਸ ਤਰ੍ਹਾਂ ਯੂਟਿਊਬ 'ਤੇ ਵੀ ਨਾਂ ਮੇਰਾ ਥਲ ਦਾ ਸ਼ਹਿਜ਼ਾਦਾ ਹੈ ਬਾਕੀ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇਣਾ ਪਿਆ ਆਪਣੀ ਆਈਡੀ ਫੇਸਬੁੱਕ ਦੀ ਆਈਡੀ ਦੇ ਉੱਤੇ ਆਪਣਾ ਮੈਂ ਲਿੰਕ ਵੀ ਦੇਣਾ ਪਿਆ ਯੂਟਿਊਬ ਦਾ ਤਾਂ ਲਾਜ਼ਮੀ ਭਾਈ ਬਣ ਕੇ ਸਪੋਰਟ ਕਰੋ ਮਿਹਰਬਾਨੀ ਉਸ ਤੁਹਾਡੀ ਹੱਥ ਜੋੜ ਕੇ ਤੁਹਾਡੇ ਰਿਕੁਐਸਟ ਕਰਨਾ ਪਈਆਂ ਕਿ ਇਤਨੀ ਮਿਹਨਤ ਕਰਕੇ ਵੀਡੀਓ ਬਣਾਉਂਦੇ ਔਰ ਤੁਹਾਨੂੰ ਇੰਟਰਟੇਨਮੈਂਟ ਕਰਨ ਵਾਸਤੇ ਲੇਕਿਨ ਸਿਰਫ ਇੱਕ ਅਹਿਸਾਨ ਕਰੋ ਕਿ ਯੂਟਿਊਬ ਚੈਨਲ ਇੱਕ ਦਫ਼ਾ ਗਰੋਥ ਕਰ ਵਣੇ ਬਸ ਕਿਉਂਕਿ ਫੇਸਬੁੱਕ ਤਾਂ ਅਲਹਮਦੁਲਿਲਾ ਕਾਫੀ ਅੱਛੇ ਵਿਊ ਆਉਂਦੇ ਪੈਣ ਕਾਫੀ ਅੱਛੀ ਉਹਦੀ ਪਰਫੋਰਮੈਂਸ ਆਉਂਦੀ ਪਈ ਲੇਕਿਨ ਯੂਟਿਊਬ ਉੱਕਾ ਨਾਰਮਲ ਹੈ ਅਤੇ ਜਿਸ ਵਕਤ ਤੁਸਾਂ ਫਿਰ ਸਪੋਰਟ ਕਰੇ ਸੋ ਤਾਂ ਪਤਾ ਨਹੀਂ ਲੱਗ ਸੀ ਚੈਨਲ ਗਰੋਥ ਕਰ ਰਹੇ ਸੀ ਤਾਂ ਮੁਹੱਬਤਾਂ ਬਾਕੀ ਲਾਜ਼ਮੀ ਰਿਕੁਐਸਟ ਮੀ ਯੂਅਰ ਹੈਲਪ ਔਨ ਯੂਟਿਊਬ ਤਾਂ ਲਾਜ਼ਮੀ ਜਿਤਨੇ ਵੀ ਭਾਈ ਹਨ ਤਾਂ ਸਪੋਰਟ ਕਰੋ ਬਾਕੀ ਮੈਂ ਲਿੰਕ ਡਿਸਕ੍ਰਿਪਸ਼ਨ ਦੇਂਦਾ ਪਈ ਹਾਂ ਔਰ ਨਾਲ ਸਕਰੀਨ ਸ਼ਾਟ ਵੀ ਲਗਾ ਖੜੇ ਤਾਂ ਲਾਜ਼ਮੀ ਵਿਜ਼ਿਟ ਕਰੇ ਬਾਕੀ ਮੁਹੱਬਤਾਂ ਵਲੌਗ ਦੇ ਨਾਲ ਮੋਟਾ ਹਾਲ ਲੈ ਸੇ ਚਾਹਤੀ ਮੈਂ ਬਗੈਰਾ ਤਾ ਨਿਕਲ ਮੈਂ ਤੂੰ ਨਾ ਆਇਆ ਤਾਂ ਮੈਂ ਬੈਗ ਸਰ ਗਿੰਦਾ ਚਾਹਤੀ ਮੈਂ ਚੱਬਲ ਬੰਦਾ ਤੂੰ ਤਾਂ ਕੋਈ ਉੱਕਾ ਸਾਰੇ ਗਏ ਤੇਰੀ ਮੇਰੀ ਯਾਰੀ ਖਤਮ ਨਹੀਂ ਯਾਰੀ ਖਤਮ ਬਸ ਖਤਮ ਅੱਛਾ ਦੋਸਤੋ ਕਹਿੰਦਾ ਪਿਆ ਨੈੱਟ ਵਾਲੀ ਸਾਈਡ 'ਤੇ ਇੱਕ ਕਜ਼ਨ ਕੋ ਆਖਾਂ ਮੂਸਾ ਕਿ ਮੈਂ ਨਾ ਆਉਂਦਾ ਮਲ ਕੇ ਘਰ ਕਰਨ ਇੱਕ ਬੈਗ ਕੋ ਆਖਾਂ ਮੈਂ ਆ ਕੇ ਕੋਈ ਸਟੇਟਸ ਬਣਾਉਣੇ ਦੋਸਤਾਂ ਦੇ ਤਾਂ ਸਟੇਟਸ ਮੈਂ ਨਾ ਬਣਵਾ ਚਾਹ ਹੱਥ ਲਗਾ ਵਾਂ ਤਾਂ ਉਹ ਨੈੱਟ ਵਾਲੀ ਸਾਹ 'ਤੇ ਪਹੁੰਚ ਗਏ ਸਾਈਕਲ ਉਹ ਦਿਨ ਕਿ ਜਿਹੜੀ ਸਾਈਕਲ ਚਲਾ ਕੇ ਉਹਦੇ ਤਾਂ ਮੈਂ ਕੋਈ ਸਟੇਟਸ ਬਣਾ ਕੇ ਨਾ ਦੋਸਤਾਂ ਦੇ ਇੱਕ ਤਾਂ ਮਾਂ ਰਮਜ਼ਾਨ ਹੈ ਯਾਰ ਮਿਹਰਬਾਨੀ ਕਰੋ ਮਾਂ ਰਮਜ਼ਾਨ ਸਟੇਟਸ ਚੰਗੇ ਨਹੀਂ ਹੁੰਦੇ ਅਤੇ ਵੱਧ ਕੇ ਕਰੋ ਮਜਬੂਰੀ ਹੁਣ ਕੈਂਕ ਨਾ ਆਉਂਦਾ ਨਹੀਂ ਕਰ ਸਕਦੇ ਤਾਂ ਬਾਕੀ ਵਲੌਗ ਦੇ ਨਾਲ ਇਨਸ਼ਾਅੱਲਾ ਨਾਲ ਮੈਂ ਉਹ ਤੋਂ ਪੁੱਛਿਆ ਸਟੇਟਸ ਕਿਉਂ ਨਾ ਮੈਂ ਨਾਲ ਵੀਡੀਓ 'ਤੇ ਕਿਉਂ ਨਾ ਆਉਂਦਾ ਜੁਲੂ ਉਹ ਆਦਾ ਨਹੀਂ ਵੀਡੀਓ ਰੋਕ ਤਾਂ ਤਾਂ ਨਾ ਜੁਲਸਾਂ ਵੀਡੀਓ ਦੇ ਜਨਾ ਦਾ ਟੀਚਰਾਂ ਮਰਿੰਦੀਆਂ ਮੈਂ ਆਖੀ ਕਿਆ ਬਾਤ ਹੈ ਉਹ ਯਾਨੀ ਸਟੂਡੈਂਟ ਨਾ ਛੋਟੇ ਬੱਚੇ ਨੂੰ ਪੜ੍ਹਦੇ ਵਧਣ ਬਾਅਦ ਮੇਰੇ ਪਰੋਂ ਕਾ ਡਿਸਟਰਬ ਨਾ ਥੀਵੇ ਮੇਰੇ ਪਰੋਂ ਜੀ ਛੋਰ ਡਿੱਕ ਬਾਲਾਂ ਸੋਟੀਆਂ ਲੱਗੀਆਂ ਥੱਪਾਂ ਲੱਗੀਆਂ ਤਾਂ ਚੰਗੀ ਗੱਲ ਤਾਂ ਨਹੀਂ ਤਾਂ ਵੱਲ ਹੁਕਮ ਹੈ ਕਿ ਤੂੰ ਆਈ ਨਾ ਤਾਂ ਮੈਂ ਕਿਹਾ ਬੈਗ ਸਰ ਗਿੰਦਾ ਸਰ ਓਕੇ ਬਾਏ ਠੀਕ ਹੈ ਆਪਣੀ ਤਾਂ ਸਾਈਕਲ ਠੀਕ ਅਤੇ ਤੂੰ ਆਪਣੇ ਘਰ ਦੋ ਅਤੇ ਮੈਂ ਆਪਣੇ ਘਰ ਦੋ ਠੀਕ ਹੈ ਮਿਹਰਬਾਨੀ ਓਕੇ ਥੈਂਕ ਯੂ ਬਾਏ ਬਾਏ ਨਹੀਂ ਨਹੀਂ ਕਿਰਾਏ ਵਾਲਾ ਕੰਮ ਖਰਾਬ ਯਾਰ ਇਹ ਚੰਗਾ ਮੰਨਦਾ ਯਾਰ ਤੂੰ ਇਹਦਾ ਵਾਲਾ ਸਟਾਰ ਤੇਰੇ ਨਾਲ ਚੜ੍ਹਦਾ ਵੀ ਹੈ ਪਰ ਖੈਰੀਅਤ ਹੈ ਉਸ ਤਾਂ ਨਹੀਂ ਖੜਾ ਨਾ ਹੋ ਤਾਂ ਵੀ ਅੱਛੇ ਠੀਕ ਹੈ ਕਿਹਨੂੰ ਆਉਂਦਾ ਮੇਰਾ ਫਿਰ ਛੋਲੇ ਕਿਤਨੇ ਫਟੇ ਨਹੀਂ ਅੱਜ ਅੱਜ ਲਿਆੜੇ ਹੈਂ 2.5 ਕਿਲੋ ਉਸ ਤੋਂ 2.5 ਕਿਲੋ ਛੋਲੇ ਪੱਕੇ ਨੇ ਮਾਸ਼ਾਅੱਲਾ ਤਾਂ ਦੋਸਤੋ ਬਸ ਘਰ ਕਰ ਰਹਿੰਦਾ ਪੀਣਾ ਮੈਂ ਰਸਤੇ ਸਵਾਰੀ ਮਿਲ ਗਈ ਮੈਂ ਅੱਗੇ ਚੜ੍ਹਾ ਮੈਂ ਤਾਂ ਮਾਸ਼ਾਅੱਲਾ ਸਾਡੀ ਫੇਵਰੇਟ ਸਵਾਰੀ ਥਲ ਦੀ ਕਿਆ ਬਾਤ ਅੱਲਾ ਪਾਕ ਸਲਾਮਤ ਰੱਖੇ ਥੈਂਕ ਯੂ ਸ਼ੁਕਰੀਆ ਮੈਂ ਕੁਝ ਸਪੈਸ਼ਲ ਚਾਹ ਕੇ ਘਰ ਪੁੱਛਦਾ ਪੀਏ ਅਚਾਨਕ ਪਤਾ ਨਹੀਂ ਲੱਗਾ ਬੱਦਲ ਆ ਗਏ ਔਰ ਬਾਰਿਸ਼ ਲੈ ਗਈ ਸ਼ੁਰੂ ਥੀ ਗਈ ਬਾਰਿਸ਼ ਚੈੱਕ ਕਰੋ ਚੰਗੀਆਂ ਕਣੀਆਂ ਆਉਣ ਲੱਗ ਗਈਆਂ ਕਿਆ ਬਾਤ ਹੈ ਅਚਾਨਕ ਬੱਦਲ ਕੋਈ ਬਦਲਣ ਦੀ ਸਮਝ ਨਹੀਂ ਆਈ ਕਿਵੇਂ ਅਚਾਨਕ ਆ ਲੱਗੇ ਅੱਛਾ ਦੋਸਤੋ ਅਚਾਨਕ ਬੱਦਲ ਆ ਗਏ ਪਤਾ ਨਹੀਂ ਲੱਗਾ ਮੈਂ ਸਿਰਫ ਵੀਡੀਓ ਬਣਾ ਕੇ ਘਰ ਆਇਆ ਜਿਵੇਂ ਘਰ ਪਹੁੰਚਾ ਅਤੇ ਵੱਲ ਬਾਰਿਸ਼ ਸ਼ੁਰੂ ਥੀ ਗਈ ਇਹੋ ਕੋਈ ਪਤਾ ਲੱਗੇ ਤਾਂ ਬਾਰਿਸ਼ ਨਾਰਮਲ ਆ ਗਈ ਇੰਨੀ ਜ਼ਮੀਨ ਥੋੜ੍ਹੀ ਸਿੰਨੀ ਕਰ ਗਈ ਹੈ ਤਾਂ ਯਾਰ ਅੱਗੇ ਕਣਕਾਂ ਦੀ ਹਾਲਾਤ ਇਹ ਥਈ ਪਈ ਅੱਲਾ ਪਾਕ ਵੱਧ ਬਾਰਿਸ਼ ਦਿੱਤੀਆਂ ਦੇ ਅਤੇ ਮਾਹੌਲ ਬਹੁਤ ਜ਼ਿਆਦਾ ਹਾਰਡ ਥੀ ਗਈ ਹੈ ਬਹੁਤ ਜ਼ਿਆਦਾ ਹਾਰਡ ਥੀ ਗਏ ਕਿਉਂਕਿ ਪਹਿਲੇ ਥੋੜ੍ਹੀ ਬਾਰਿਸ਼ ਆਈ ਹੈ ਲੇਕਿਨ ਕੁਝ ਹਵਾ ਸ਼ਵਾ ਖੁੱਲੀ ਬੱਦਲ ਲੱਗੇ ਗਏ ਲੇਕਿਨ ਹੁਣ ਇਸ ਸਾਈਡ 'ਤੇ ਨਾ ਬਹੁਤ ਜ਼ਿਆਦਾ ਗਹਿਰੇ ਬੱਦਲ ਮਗਰਬ ਵਾਲੀ ਸਾਈਡ ਤੋਂ ਉੱਠੀਂਦੇ ਪੈਣ ਅਤੇ ਅੱਲਾ ਖੈਰ ਕਰੇ ਸੀ ਉਹ ਆਪ ਖੁਦ ਮਾਲੇ ਗਏ ਤਾਂ ਬਾਕੀ ਦੋਸਤੋ ਮਿਲ ਸੁਣ ਅਗਲੇ ਵਲੌਗ ਦੇ ਵਿੱਚ ਤਬ ਤੱਕ ਲਈ ਅੱਲਾ ਹਾਫਿਜ਼
تو ٹائم ہوں نازک تھی گئی تے ول ویڈیو اپلوڈ نہیں تھی کیونکہ جس ٹائم کو اندھاری یا کوئی زیادہ بارش آن لگ پہ بجلی لگی وی تو بجلی نال کنیکشن سارا سروس تھا تو سروس لگی وی تا وجہ میں آ کے ویڈیو اپلوڈ کر گیا تو مل سو ان شاء اللہ اگلے ولاگ دے تب تک کے لیے اللہ حافظ لیکن میری ریکویسٹ بھولنی نہیں لازمی جی تھوڑی ریکویسٹ کی ولاگ کے فسٹ ٹائم بھی میں ریکویسٹ کی اور ولاگ کے درمیان کے بچ بھی تھوڑے ریکویسٹ کی اور اینڈ سے بھی ریکویسٹ کرنا پہ کہ لازمی جتنے بھی بھائی ہیں میری یوٹیوب سے ہیلپ کرو لازمی پلیز ریکویسٹ می ہیلپ یو ایر یوٹیوب اور باقی آپ کی محبتوں کا شکریہ لازمی آپ کو کمنٹ کا جواب دوں گا یوٹیوب پر اور جن بھائی کو اسٹیٹس بنانے ہوتے ہیں وہ بھی بناؤں گا باقی محبت ان شاء اللہ اگلے ولاگ کے مل دیں تو حالات خراب تھی گئے بدلاں بہت گہرے بدل تو کالے کالے بدل آ گئے کالے کالے تو محبت ملسوں ان شاء اللہ اگلے ولاگ